ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਬਨੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਅਸੀਂ ਹਰ ਰੋਜ਼ ਤੁਹਾਨੂੰ ਨਵੀਂ ਵੀਡੀਓ ਦਿੰਨੇ ਆ ਭਾਵੇਂ ਗਵਰਨਮੈਂਟ ਰਿਲੇਟਡ ਹੋਵੇ ਜਾਂ ਫਿਰ ਭਾਵੇਂ ਕਿਸੇ ਜੋਬ ਰਿਲੇਟਡ ਹੋਵੇ ਕਾਸੀ ਦੇ ਕੁਝ ਵੀ ਰਿਲੇਟਡ ਹੋਵੇ ਅਸੀਂ ਹਰ ਰੋਜ਼ ਤੁਹਾਨੂੰ ਨਵੀਂ ਤਾਂ ਨਵੀਂ ਵੀਡੀਓ ਦੇਣ ਦੀ ਕੋਸ਼ਿਸ਼ ਕਰਦੇ ਆ ਅੱਜ ਅਸੀਂ ਪੀਐਸਟੈਟ ਦੇ ਵਿਦਿਆਰਥੀਆਂ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਤੁਸੀਂ ਧਿਆਨ ਨਾਲ ਇਹ ਵੀਡੀਓ ਨੂੰ ਸੁਣਿਓ ਅੱਜਕਲ ਸੋਸ਼ਲ ਮੀਡੀਆ ਤੇ ਇੱਕ ਪੇਜ ਵਾਇਰਲ ਹੋ ਰਿਹਾ ਜਿਨੇ ਵਿੱਚ ਲਿਖਿਆ ਹੈ ਬਹੁਤ ਕੁਝ ਉਹ ਅਸੀਂ ਤੁਹਾਡੇ ਮੂਰੇ ਵੀ ਦਿੱਤਾ ਹੈ ਤੁਸੀਂ ਪੜ੍ਹ ਸਕਦੇ ਹੋ ਕਿ ਉਹਦੇ ਵਿੱਚ ਹੈ ਕੀ ਬਾਕੀ ਮੈਂ ਤੁਹਾਨੂੰ ਪੂਰੀ ਗੱਲ ਖੋਲ ਕੇ ਦੱਸ ਦਿੰਨਾ ਵੀ ਉਹ ਹੈ ਕੀ ਆਪਾਂ ਹਲੇ ਇਹ ਪੇਜ ਦੀ ਪੁਸ਼ਟੀ ਨਹੀਂ ਕਰਦੇ ਵੀ ਇਹ ਸੱਚਾ ਹੈ ਜਾਂ ਝੂਠ ਹੈ ਬਾਕੀ ਤੁਸੀਂ ਵੀ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਗੱਲ ਸੱਚ ਲੱਗਦੀ ਹੈ ਜਾਂ ਝੂਠ ਲੱਗਦੀ ਹੈ ਜਾਂ ਤੁਹਾਨੂੰ ਜੋ ਮੈਂ ਗੱਲ ਕਹਿਣਾ ਤੁਹਾਨੂੰ ਕਿਵੇਂ ਲੱਗੀ ਮੈਨੂੰ 1 ਮਿੰਟ ਕੱਢ ਕੇ ਕਮੈਂਟ ਦੇ ਵਿੱਚ ਲਿਖਿਓ ਜ਼ਰੂਰ ਇਹ ਹੁਣ ਜਿਹੜਾ ਪੇਜ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਇੰਦੇ ਵਿੱਚ ਕੀ ਹੈ ਕਿ ਟੈਟ ਪ੍ਰੀਖਿਆ ਗ੍ਰੇਸ ਅੰਕ ਵਿਦਿਆਰਥੀਆਂ ਦਾ ਹੱਕ ਇਹ ਹਿੰਮਤ ਅਨਮੋਲ ਹੈ ਜਿਹੜੇ ਪ੍ਰਸਿੱਧ ਕੋਈ ਸੋਸ਼ਲ ਵਰਕਰ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਪੂਰੀ ਖਬਰ ਮੈਂ ਤੁਹਾਨੂੰ ਦੱਸ ਦਿੰਦਾ ਹੈ ਵੀ ਇਹ ਹੈ ਕਿ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਇਬਰਾਹੀਮ ਬੀਏ ਅਤੇ ਈਟੀਟੀ ਪਾਸ ਉਮੀਦਵਾਰਾਂ ਲਈ ਸਾਲ 2017 ਦੀ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ 25 ਫਰਵਰੀ 2018 ਨੂੰ ਰੱਖੀ ਗਈ ਸੀ ਮਾਰਚ ਮਹੀਨੇ ਦੇ ਪਹਿਲੇ ਹਫਤੇ ਯੂਨੀਵਰਸਿਟੀ ਦੁਆਰਾ ਉੱਤਰ ਕੁੰਜੀ ਅਪਲੋਡ ਕੀਤੀ ਗਈ ਤੇ 10 ਮਾਰਚ 2018 ਤੱਕ ਓਬਜੈਕਸ਼ਨ ਮੰਗੇ ਗਏ 6 ਤੋਂ 8 ਸਵਾਲ ਅਸਪਸ਼ਟ ਹੋਣ ਕਰਕੇ ਬੋਥ ਸਾਰੇ ਪ੍ਰਖਿਆਰਥੀਆਂ ਨੇ ਇਨ੍ਹਾਂ ਸਵਾਲਾਂ ਦੇ ਇਤਰਾਜ਼ ਪਰੇ ਸਨ ਇਸ ਬਾਰੇ ਚੰਡੀਗੜ੍ਹ ਤੋਂ ਫਿਲਮ ਨਿਰਦੇਸ਼ਕ ਅਤੇ ਪ੍ਰੈਸ ਦੇ ਬੁਲਾਰੇ ਜਿਨ੍ਹਾਂ ਦੀ ਸੰਸਥਾ ਸੋਸ਼ਲ ਵਰਕ ਲਈ ਪ੍ਰਸਿੱਧ ਹੈ ਹਿੰਮਤ ਅਨਮੋਲ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਯੂਨੀਵਰਸਿਟੀ ਵਿੱਚ ਰੱਖੀ ਇਸ ਪ੍ਰੀਖਿਆ ਵਿੱਚ 6 ਤੋਂ 8 ਪ੍ਰਸ਼ਨਾਂ ਦੇ ਉੱਤਰ ਅਸਪਸ਼ਟ ਸਨ ਇਸ ਦੇ ਜਵਾਬ ਵਿੱਚ ਜੋ ਉੱਤਰ ਕੁੰਜੀ ਜਾਰੀ ਕੀਤੀ ਗਈ ਉਹ ਵੀ ਸੰਤੁਸ਼ਟੀਜਨਕ ਨਹੀਂ ਹੈ ਹਿੰਮਤ ਨੇ ਕਿਹਾ ਕਿ ਇਹਨਾਂ ਸਵਾਲਾਂ ਨੂੰ ਹੱਲ ਕਰਨ ਵਿੱਚ ਪ੍ਰੀਖਿਆਰਤਿਆਂ ਦਾ ਕੀਮਤੀ ਸਮਾਂ ਬਰਬਾਦ ਹੋ ਗਿਆ ਤੇ ਬਹੁਤੇ ਪ੍ਰੀਖਿਆਰਤੀ 1 ਤੋਂ 4 ਨੰਬਰ ਘੱਟ ਰਹਿ ਗਏ ਉਹਨਾਂ ਨੇ ਕਿਹਾ ਕਿ ਬਹੁਗਿਣਤੀ ਬੇਰੁਜ਼ਗਾਰੀ ਵਿਆਪਕ ਆਪਣੀ ਭਰਤੀ ਦੀ ਉਮਰ ਹੱਦ ਪਾਰ ਹੋਣ ਦੇ ਕਿਨਾਰੇ ਹਨ ਤੇ ਇਸ ਤਰ੍ਹਾਂ ਉਹ ਅਗਲੀ ਪ੍ਰੀਖਿਆ ਲਈ ਫਾਰਮ ਭਰਨ ਦੇ ਅਯੋਗ ਹੋ ਜਾਣਗੇ ਇਸ ਲਈ ਯੂਨੀਵਰਸਿਟੀ ਨੂੰ ਚਾਹੀਦਾ ਹੈ ਕਿ ਪ੍ਰੀਖਿਆਰਤਿਆਂ ਨੂੰ 6 ਤੋਂ 8 ਨੰਬਰ ਦੀ ਗ੍ਰੇਸ ਦਿੱਤੀ ਜਾਵੇ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਜਲਦ ਭਰਨ ਦੀ ਮੰਗ ਵੀ ਕੀਤੀ ਹੈ ਮਤਲਬ ਹੁਣ ਪੂਰੀ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿਏ ਕੋਈ ਸੋਸ਼ਲ ਵਰਕਰ ਹੈ ਗਿਆ ਹਿੰਮਤ ਅਨਮੋਲ ਜਿਨ੍ਹਾਂ ਦੀ ਗੱਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ ਇਹਨਾਂ ਨੇ ਕਿਹਾ ਹੈ ਕਿ ਜਿਹੜੇ ਕੈਂਡੀਡੇਟ ਦੀ ਉਮਰ ਟੱਪ ਚੁੱਕੀ ਹੈ ਮਤਲਬ ਜਿਹੜੇ ਕੈਂਡੀਡੇਟ ਕਈ ਇਹੋ ਜਿਹੇ ਹੈ ਜਿਨ੍ਹਾਂ ਦਾ ਇਹ ਵਾਲਾ ਟੈਟ ਆਖਰੀ ਸੀ ਕਿਉਂਕਿ ਇੱਕ ਦੂ ਬਾਅਦ ਉਹਨਾਂ ਦੀ ਉਮਰ ਨੰਗ ਜੂਗੀ ਉਹ ਟੈਟ ਦੇ ਨਹੀਂ ਸਕਦੇ ਟੈਟ ਨਾ ਦੇਣ ਕਰਕੇ ਉਹਨਾਂ ਨੂੰ ਨੌਕਰੀ ਨਹੀਂ ਮਿਲਨੀ ਤਾਂ ਉਹਨਾਂ ਨੇ ਕਿਹਾ ਵੀ ਉਹਨਾਂ ਕੈਂਡੀਡੇਟ ਦੇ ਲਈ ਖਾਸ ਕਰਕੇ ਗ੍ਰੇਸ ਦਿੱਤੀ ਜਾਵੇ ਤਾਂ ਜੋ ਖਾਲੀ ਅਸਾਮੀਆਂ ਨੂੰ ਭਰਿਆ ਜਾਵੇ ਤੇ ਉਹਨਾਂ ਦੀ ਜ਼ਿੰਦਗੀ ਨੂੰ ਐਵੇਂ ਬੇਕਾਰ ਨਾ ਜਾਇਆ ਜਾਣ ਦਿੱਤਾ ਜਾਵੇ ਵੀ ਉਹਨਾਂ ਨੂੰ ਭਰਿਆ ਜਾਵੇ ਉਹਨਾਂ ਦੀਆਂ ਸੀਟਾਂ ਨੂੰ ਤਾਂ ਜੋ ਉਹਨਾਂ ਨੂੰ ਨੌਕਰੀ ਮਿਲੇ ਤੇ ਉਹ ਵਿਚਾਰੇ ਆਪ ਦੇ ਆਪ ਨੂੰ ਕੁਸਨ ਨਾ ਸਾਨੂੰ 2-4 ਮਿੰਟ ਕੱਢ ਕੇ ਤੁਸੀਂ ਆਪ ਦੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਕਿਉਂਕਿ ਫਿਰ ਤੁਹਾਨੂੰ ਹੋਰ ਵੀ ਵੀਡੀਓ ਦੇਵਾਂਗੇ ਪਰ ਤੁਸੀਂ ਮੈਨੂੰ ਇਹ ਜਰੂਰ ਦੱਸਿਓ ਵੀ ਤੁਹਾਨੂੰ ਇਹ ਸੱਚ ਲੱਗੀ ਜਾਂ ਝੂਠ ਲੱਗੀ ਵੈਸੇ ਇਹਨਾਂ ਨੇ ਜਿਹੜੇ ਹਿੰਮਤ ਨਮੋਲ ਦੇ ਨਿਰਦੇਸ਼ਕ ਹੈ ਇਹਨਾਂ ਨੇ ਗੱਲ ਤਾਂ ਸਹੀ ਕਹੀ ਹੈ ਜੋ ਜਿਹੜੇ ਵਿਚਾਰਿਆਂ ਦੀ ਉਮਰ ਟੱਪਦੀ ਜਾਂਦੀ ਹੈ ਉਮਰ ਤੋਂ ਹੱਦ ਪਾਰ ਹੋ ਗਈ ਉਹਨਾਂ ਦੀ ਟੈਟ ਦਿੱਤਾ ਉਹਨਾਂ ਨੇ ਪਰ ਅਗਲੀ ਉਮਰ ਉਹਨਾਂ ਨੂੰ ਦੇ ਨਹੀਂ ਸਕਦੇ ਉਹ ਆਪਦੀ ਉਮਰ ਦੇ ਵਿੱਚ ਅਗਲਾ ਟੈਟ ਵੈਸੇ ਉਹਨਾਂ ਪ੍ਰਖਿਆਰਤਿਆਂ ਨੂੰ ਗ੍ਰੇਸ ਮਾਰਕਸ ਦੇ ਕੇ ਪਾਸ ਜ਼ਰੂਰ ਕਰ ਦੇਣਾ ਚਾਹੀਦਾ ਕਿਉਂਕਿ ਵੇਖੋ ਇਸ ਤਰ੍ਹਾਂ ਜੇ ਆਪਾਂ ਉਹਨਾਂ ਦੀ ਸਟੇਜ ਤੇ ਹੋਈ ਹੈ ਜਿਹੜੇ ਪ੍ਰਖਿਆਰਤਿਆਂ ਦੇ ਵਿਚਾਰਿਆਂ ਦਾ ਆਖਰੀ ਟੈਟ ਸੀ ਤਾਂ ਉਹਨਾਂ ਦੇ ਕੀ ਬੀਤ ਦੀ ਹੋਣੀ ਹੈ ਜਿਹੜੇ ਵਿਚਾਰੇ 1 1 2 2 ਨੰਬਰ ਤੇ ਰਹਿ ਗਏ ਉਹਨਾਂ ਵੱਲ ਸਰਕਾਰ ਨੂੰ ਧਿਆਨ ਦੇ ਕੇ ਇੱਕ ਵਾਰੀ ਵੇਖਣਾ ਚਾਹੀਦਾ ਵੀ ਉਹਨਾਂ ਦੀ ਸੰਖਿਆ ਕਿੰਨੀ ਕੁ ਹੈ ਉਹ ਸੰਖਿਆ ਦੇ ਮੁਤਾਬਿਕ ਉਹਨਾਂ ਨੂੰ ਅਡਜਸਟ ਜ਼ਰੂਰ ਕਰਨਾ ਚਾਹੀਦਾ ਸਰਕਾਰ ਨੂੰ ਤੇ ਤਾਂ ਜੋ ਉਹ ਵੀ ਵਿਚਾਰੇ ਪਾਸ ਹੋ ਸਕਣ ਕਿਉਂਕਿ ਇਹ ਹੈ ਵੀ ਜੇ ਫਾਸਟ ਹੋਵੇ ਫਿਰ ਬੰਦਾ ਕਿਸੇ ਪਾਸੇ ਨਹੀਂ ਰਹਿੰਦਾ ਇੰਨਾ ਪੜ੍ਹ ਕੇ ਵੀ ਜੇ ਨੌਕਰੀ ਨਾ ਮਿਲੇ ਵੈਸੇ ਇਹਨਾਂ ਦੀ ਗੱਲ ਨਾਲ ਆਪਾਂ ਨੂੰ ਸਹਿਮਤ ਵੀ ਹੋਣਾ ਚਾਹੀਦਾ ਵੈਸੇ ਤੁਸੀਂ ਮੈਨੂੰ ਦੱਸਿਓ ਵੀ ਤੁਸੀਂ ਇਹਨਾਂ ਦੀ ਗੱਲ ਨਾਲ ਕਿੰਨੇ ਕੁ ਸਹਿਮਤ ਹੋ ਮੈਂ ਕੁਝ ਨਹੀਂ ਕਹਿੰਦਾ ਇਸ ਬਾਰੇ ਦਸਾਂਟਾ ਚੈਨਲ ਇਸ ਬਾਰੇ ਕੁਝ ਨਹੀਂ ਕਹਿੰਦਾ ਤੁਸੀਂ ਆਪ ਦੇ ਵਿਚਾਰ ਮੈਨੂੰ ਇੱਕ ਵਾਰੀ ਜਰੂਰ ਦੱਸਿਓ ਵੀ ਤੁਹਾਨੂੰ ਕੀ ਲੱਗਦਾ ਹੈ ਵੀ ਕੀ ਇਹ ਹੋਣਾ ਚਾਹੀਦਾ ਤੇ ਬਾਕੀ ਤੁਸੀਂ ਬਨੇ ਰਹੋ ਸਾਡੇ ਨਾਲ ਇਹ ਸ਼ੇਅਰ ਜਰੂਰ ਕਰੋ ਵੀ ਲੋਕਾਂ ਤੱਕ ਪਹੁੰਚ ਸਕੇ ਲੋਕਾਂ ਦੇ ਵੀ ਵੀਊ ਆਪਾਂ ਨੂੰ ਮਿਲ ਸਕਣ ਕਮੈਂਟ ਮਿਲ ਸਕਣ ਵੀ ਲੋਕੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਸਾਡੇ ਨਾਲ ਬਨੇ ਰਹੋ ਆਏ ਦਿਨ ਨਵੀਂ ਵੀਡੀਓ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੇ ਤੁਸੀਂ ਹਲੇ ਤੱਕ ਨਹੀਂ ਕੀਤਾ ਤਾਂ ਕਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ